ਮੇਰੀ ਮਾਂ ਮੇਰੀ, ਮੈਂ ਕੁਛ ਨਹੀਂ ਕਰ ਸਕਦਾ ਤੁਹਾਡੇ ਵਾਸਤੇ। ਮੇਰੇ ਹਾਲਾਤ ਤਾਂ ਇਹ ਹੋ ਗਏ, ਲੋਕਾਂ ਨੇ ਤਾਨੇ ਬਿਣੇ ਮਾਰਦੇ ਵੀ ਤੇਰਾ ਐਡਾ ਸਰੀਰ ਆ ਵੀ ਤੂੰ ਆਪਣੀ ਮਾਂ ਨੂੰ ਆਪਣੀ ਭੈਣ ਦਾ ਕੁਛ ਨਹੀਂ ਕਰ ਸਕਿਆ। ਕਰ ਫਿਰ ਮੈਂ ਤਾਂ ਨਹੀਂ ਸਕਿਆ, ਮੇਰੀ ਨਿਗਾਹ ਨਹੀਂ ਹੈਗੀ। ਮੇਰੀ ਮਾਂ ਨੂੰ ਤਰੰਗ ਦਾ ਅਟੈਕ ਹੋ ਗਿਆ ਸੀ ਤੇ ਭੋਲੀ ਉਹਦੀ ਕਰਕੇ ਤੁਰਿਆ ਨਹੀਂ ਜਾਂਦਾ ਫਿਰੇ। ਹੁਣ ਭੈਣ ਮੇਰੀ ਉਹਨੂੰ ਸੁਣਦਾ ਨਹੀਂ ਫਿਰੇ, ਨਾ ਉਹ ਬੋਲਦੀ ਆ। ਵੀਰੇ ਸ਼ੁਰੂ ਤੋਂ ਪਹਿਲਾਂ ਮੇਰੀ ਨਿਗਾਹ ਘੱਟ ਗਈ ਛੋਟੇ ਹੁੰਦੇ ਦੀ, ਤੇ ਮੇਰੀ ਭੈਣ ਦੇ ਕੰਨਾਂ ਦੇ ਪਰਦੇ ਡੁੱਲਣ ਲੱਗ ਗਏ। ਉਦੋਂ ਬਾਅਦ ਵੀਰੇ ਮੇਰਾ ਵੀ ਇਲਾਜ ਕਰਾਇਆ, ਮੇਰੇ ਡੈਡੀ ਨੇ ਮੇਰੀ ਭੈਣ ਦਾ ਵੀ ਕਰਾਇਆ। ਨਾ ਮੈਂ ਠੀਕ ਹੋ ਸਕਿਆ ਨਾ ਮੇਰੀ ਭੈਣ ਠੀਕ ਹੋ ਸਕੀ। ਮੇਰੇ ਮੇਰੇ ਡੈਡੀ ਦਾ ਉਰੇ ਸੜ ਕੇ ਤੇ ਐਕਸੀਡੈਂਟ ਹੋ ਗਿਆ ਸੀ, ਉਹਨਾਂ ਦੇ ਸਿਰ 'ਚ ਸੱਟ ਲੱਗ ਗਈ, ਮੈਂਟਲੀ ਅਪਸੈਟ ਹੋ ਗਿਆ। ਵੀਰੇ ਜਿਹੜਾ ਮੋਟਰਸਾਈਕਲ ਭੱਜਿਆ ਸੀ ਉਹ ਭੱਜ ਗਿਆ। ਫਿਰ ਉਦੋਂ ਬਾਅਦ ਬਸ ਮੇਰੇ ਲੋਕਾਂ ਤੋਂ ਪੈਸੇ ਫੜ ਫੜ ਕੇ ਮੈਂ ਇਲਾਜ ਕਰਾਇਆ, ਪਰ ਉਹ ਨਹੀਂ ਠੀਕ ਹੋ ਸਕੇ। ਵੀਰੇ ਕਿਰਾਏ ਦਾ ਘਰ ਆ ਸਾਡਾ, ਆਪਦਾ ਸਾਡਾ ਵੀਰੇ ਮਕਾਨ ਵੀ ਵਿਕ ਗਿਆ, ਸਭ ਕੁਛ ਅਸੀਂ ਬਰਬਾਦ ਹੋ ਗਏ ਇਲਾਜ ਕਰਾਉਂਦੇ ਕਰਾਉਂਦੇ। ਵੀਰੇ ਸਭ ਕੁਛ ਵਿਕ ਗਿਆ, ਘਰ ਦਾ ਕਿਰਾਇਆ ਵੀਰੇ 4,000 ਰੁਪਇਆ, 1500 ਮੇਰੀ ਪੈਨਸ਼ਨ ਹੈ, 1500 ਮੰਮੀ ਦੀ ਹੈ, ਭੈਣ ਦਾ ਮੇਰੀ ਦਾ ਐਂਟੀਕੈਟ ਦਾ ਕਾਰਡ ਵੀਰੇ ਹੁਣ ਬਣ ਕੇ ਆਊਗਾ, ਟੈਸਟ ਉਹਦਾ ਹੁਣ ਹੋਇਆਗਾ। ਉਹਨੂੰ ਵੀਰੇ ਨਾ ਸੁਣਦਾ ਨਾ ਉਹ ਬੋਲਦੀ ਹੈ। ਜਦੋਂ ਦਾ ਮੇਰਾ ਡੈਣੀ ਮਰਿਆ ਵੀਰੇ ਉਹ ਤਾਂ ਛੱਡ ਕੇ ਚਲਾ ਗਿਆ ਸਾਨੂੰ। ਉਦੋਂ ਬਾਅਦ ਮੈਂ 4 ਸਾਲ ਮੇਰੇ ਡੈਡੀ ਨੂੰ ਘਰੇ ਬਿਠਾ ਕੇ ਖਰਚਾ ਆਪ ਚਲਾ ਕੇ ਰੱਖਿਆ, ਸਾਰਾ ਕਿਰਾਇਆ ਦਵਾਈਆ ਸਾਰਾ ਕੁਛ ਵੀਰੇ ਮੈਂ ਚਲਾਇਆ ਸੌਦਾ ਪੱਤਾ, ਮੈਂ ਕਦੇ ਕਿਸੇ ਤੋਂ ਰੁਪਈਆ ਨੀ ਮੰਗਿਆ। ਵੀਰੇ ਹੁਣ ਤਾਂ ਹਾਲਾਤ ਜਮੀ ਵੀਰੇ ਕਿਸਮਤ ਹਾਰ ਗਈ ਹੁਣ। ਮੈਂ ਤਾਂ ਮੇਰੀ ਮਾਂ ਨੂੰ ਕਿਹਾ ਵੀਰੇ ਹੁਣ ਵੀ ਆਪਣੀ ਨਾ ਤਾਂ ਸਰਕਾਰ ਮਦਦ ਕਰਦੀ ਆ, ਸਰਕਾਰ ਅੱਗੇ ਗੁਹਾਰ ਲਵਾ ਲਈ ਵੀਰੇ। ਵੀਰੇ ਬਸ ਸਮਾਜ ਸੇਵੀ, ਤੁਹਾਨੂੰ ਪਤਾ ਹੈਗਾ ਵੀ ਆਪਣੀ ਥੋੜ੍ਹੀ ਬਹੁਤੀ ਹੈਲਪ ਕਰ ਜਾਂਦੇ ਨੇ ਵੀਰੇ, ਉਹਦੇ ਨਾਲ ਘਰ ਨਹੀਂ ਚੱਲਦਾ, ਤੁਹਾਨੂੰ ਪਤਾ ਹੀ ਆ ਵੀਰੇ। ਸੰਸਥਾ ਵਾਲੇ ਅਗਲਾ ਇੱਕ ਵਾਰ ਦੇ ਜਾਂਦਾ, ਮੁੜ ਕੇ ਆਉਂਦਾ ਨਹੀਂ ਹੈਗਾ, ਵੀਡੀਓ ਕਰ ਦਿੰਦੇ ਨੇ ਗੇ ਵੀ ਅਸੀਂ ਇਹਨਾਂ ਦੀ ਮਦਦ ਕਰ ਰਹੇ ਹਾਂ ਹਰ ਮਹੀਨੇ, ਤੇ ਉਸ ਤੋਂ ਬਾਅਦ ਹੁੰਦੀ ਨਹੀਂ ਵੀਰੇ। ਜਿਹੜਾ ਬੰਦਾ ਵੀਡੀਓ ਨਹੀਂ ਕਰਦਾ ਉਹ ਸਾਡੀ ਮਦਦ ਕਰੀ ਗਿਆ, ਚਾਹੇ ਉਹਨਾਂ ਨੇ 2 ਮਹੀਨੇ ਕਰੀ ਚਾਹੇ 1 ਮਹੀਨੇ ਕਰੀ, ਪਰ ਜਿਹੜੇ ਵੀਡੀਓ 'ਚ ਦਿਖਾ ਦਿੰਦੇ ਨੇ ਵੀ ਅਸੀਂ ਇਹਨਾਂ ਦੀ ਮਦਦ ਕਰ ਰਹੇ ਹਾਂ, ਮੁੜ ਕੇ ਆਉਂਦੇ ਨਹੀਂ। ਮੇਰੇ ਅੱਖਾਂ ਦੀਆਂ ਜਿਹੜੀਆਂ ਨਾੜਾਂ ਨੇ ਖੂਨ ਵਾਲੀਆਂ ਵੀਰੇ ਉਹ ਖਤਮ ਹੋ ਗਈਆਂ, ਉਹਨਾਂ ਤੋਂ ਖੂਨ ਦਾ ਸਰਕਲ ਨਹੀਂ ਚੱਲਦਾ, ਖਤਮ ਨੇ ਉਹ ਛੋਟੇ ਹੁੰਦੇ ਤੋਂ ਵੀਰੇ, ਅਟੈਕ ਹੋਇਆ ਸੀ ਛੋਟੇ ਹੁੰਦੇ। ਨਾ ਵੀਰੇ ਕਹਿੰਦੇ ਨਾ ਆਪਰੇਸ਼ਨ ਹੋਵੇ, ਨਾ ਲੈਂਜ ਪੈਣ, ਨਾ ਐਨਕ ਲੱਗੇ, ਨਾ ਅੱਖਾਂ ਬਦਲੀਆਂ ਜਾਣ ਵੀਰੇ, ਆ ਪਈਆਂ ਨੇ ਰਿਪੋਰਟਾਂ ਵੀਰੇ ਉਰੇ।
ਮੇਰੇ ਬਹੁਤ ਮੇਰੇ ਡੈਡੀ ਲੈ ਕੇ ਫਿਰਿਆ ਸਾਨੂੰ, ਬਹੁਤ ਲੈ ਕੇ ਫਿਰਿਆ ਗਾ ਲਾਜ ਪਿੱਛੇ, ਕੋਈ ਹੱਲ ਨਹੀਂ ਹੋਇਆ, ਕੋਈ ਹੱਲ ਨਹੀਂ ਹੋਇਆ ਵੀਰੇ, ਹੁਣ ਤਾਂ ਬਸ ਐਂਡ ਹੋਇਆ ਪਿਆ। ਵੀਰੇ ਆਪਣਾ ਐਡਰੈਸ ਹੈਗਾ ਬਸ ਸੰਗਰੂਰ ਰਹਿੰਦੇ ਉੱਪਲੀ ਰੋਡ 'ਤੇ, ਅਤੇ ਵੀਰੇ ਨੰਬਰ ਹੈਗਾ 99 64 62 82 99 800 86 46 542। ਵੀਰੇ ਆਹ ਨੰਬਰ ਹੈ ਜੀ, ਅਤੇ ਵਿਚਾਰੀ ਨੂੰ ਮੈਂ ਇਹਨੂੰ ਕਿੱਥੇ ਲੈ ਕੇ ਜਾਵਾਂ ਵੀਰੇ, ਮੇਰੀ ਭੈਣ ਨੂੰ ਵਿਚਾਰੀ ਨੂੰ ਨਾ ਸੁਣਦਾ ਨਾ ਬੋਲਦੀ ਆ, ਇਹਨੂੰ ਕਿਵੇਂ ਦੱਸਾਂ ਵੀ ਮੈਂ ਤੁਹਾਡੇ ਲਈ ਕੁਛ ਨਹੀਂ ਕਮਾ ਸਕਦਾ, ਕਿਵੇਂ ਦੱਸਾਂ ਵੀਰੇ ਮੈਂ ਤੁਹਾਡਾ ਕੁਛ ਨਹੀਂ ਕਰ ਸਕਦਾ। ਫਿਰ ਵੀਰੇ ਮੈਨੂੰ ਇੰਨੇ ਤਾਨੇ ਮਿਹਣੇ ਵੱਜ ਗਏ, ਪਰਦੇਸੀ ਜਿਹੜੇ ਆਏ ਹੋਏ ਨੇ ਉਹਰੇ ਅਗਲਾ ਕਹਿੰਦਾ ਵੀ ਬਈਆ ਦੱਗ ਨੇ ਵੀਰੇ ਮੈਨੂੰ ਤਾਨੇ ਮਿਹਣੇ ਮਾਰਦੇ ਵੀ ਤੂੰ ਕੁਛ ਨਹੀਂ ਕਰ ਸਕਦਾ। ਅਗਲਾ ਮੇਰੇ ਦੇਖਣ ਵਾਲਾ ਕਹਿੰਦਾ ਐਡਾ ਸਰੀਰ ਆ, ਜਦੋਂ ਵੀਰੇ ਅਗਲੇ ਨੂੰ ਪਤਾ ਲੱਗਦਾ ਫਿਰ ਅਗਲਾ ਕਹਿੰਦਾ ਵੀ ਬਾਕੀ ਤੂੰ ਤਾਂ ਲੱਤ ਮਾਂ ਵੱਡੀ ਹੋਵੇ। ਵੀਰੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਐਂਡੀ ਕਹਿੰਦਾ, ਮੈਨੂੰ ਅਗਲਾ ਕਹਿੰਦਾ ਨਹੀਂ ਵੀਰੇ, ਵੀਰੇ ਛੋਟੇ ਹੁੰਦੇ ਤੋਂ 2 ਵਾਰ ਮੇਰੀ ਲੱਤ ਟੁੱਟੀ ਹੈ, ਆਹ ਦੋਨੇ ਗੁੱਟ ਟੁੱਟੇ ਹੋਏ ਨੇ, ਉਦੋਂ ਬਾਅਦ ਫਿਰ ਹੱਥ ਟੁੱਟੇ ਹੋਏ। ਵੀਰੇ ਜੇ ਮੈਨੂੰ ਦਿਖਦਾ ਹੁੰਦਾ ਤਾਂ ਕਿਉਂ ਮੇਰੇ ਮੇਰੇ ਮੈਂ ਇੰਨੇ ਵਾਰ ਫੱਟਣ ਹੁੰਦਾ। ਵੀਰੇ ਆ ਮੇਰੇ ਗੁੱਟਾਂ ਤੋਂ ਮੈਂ ਕੋਈ ਭਾਰੀ ਚੀਜ਼ ਨਹੀਂ ਚੱਕ ਸਕਦਾ ਹੈਗਾ, ਦੋਨੇ ਗੁੱਟ ਵਿੰਗੇ ਜੁੜੇ ਹੋਏ ਨੇ ਨਾਲੇ। ਵੀਰੇ ਮੈਂ ਮਦਦ ਦੀ ਗੁਹਾਰ ਲਾ ਰਿਹਾ ਗਾ ਵੀਰੇ, ਨਹੀਂ ਸਾਡੇ ਇਹ ਹਾਲਾਤ ਹੋਏ ਪਏ ਨੇ ਵੀਰੇ, ਨਹੀਂ ਸਪਰੇ ਚਾਹੇ ਅੱਜ ਪੀ ਲਈਏ ਚਾਹੇ ਕੱਲ੍ਹ ਨੂੰ ਪੀ ਲਈਏ, ਵੀਰੇ ਸਾਡਾ ਕੋਈ ਹੱਲ ਨਿਕਲ ਆਵੇ, ਸਾਡਾ ਛੋਟਾ ਜਿਹਾ ਪਲਾਟ ਹੋਵੇ, ਸਾਡਾ ਆਪਦਾ ਕੋਈ ਘਰ ਬਣ ਜਾਵੇ, ਤਾਂ ਮੇਰੀ ਮਾਂ ਨੂੰ ਕੋਈ ਹੌਸਲਾ ਹੋਊ, ਨਾ ਮੈਨੂੰ। ਜਦੋਂ ਮੇਰੀ ਮਾਂ ਦਿਲ ਦਿਲ ਮਰ ਰਹੀ ਹੈ, ਮੈਂ ਉਹਦੇ ਉੱਤੇ ਮਰ ਰਿਹਾ। ਵੀਰੇ ਕੰਟੈਕਟ ਨੰਬਰ ਵੀਰੇ 99 84 64 65 82 99 800 86 46 542। ਵੀਰੇ ਵੀਰੇ ਮੇਰੀ ਮਾਂ ਮੇਰੀ ਹੈ, ਮੈਂ ਕੁਛ ਨਹੀਂ ਕਰ ਸਕਦਾ ਤੁਹਾਡੇ ਵਾਸਤੇ, ਮੈਂ ਨਾ ਕੋਈ ਜਗ੍ਹਾ ਲੈ ਕੇ ਦੇ ਸਕਦਾ, ਨਾ ਤੈਨੂੰ ਘਰ ਪਾ ਕੇ ਦੇ ਸਕਦਾ, ਮੈਥੋਂ ਘਰ ਆਇਆ ਤੇ ਹੁਣ ਰੁਲਿਆ ਨਹੀਂ ਜਾਂਦਾ ਬਸ, ਨਾ ਮੈਥੋਂ ਕਿਸੇ ਦੇ ਮੂਹਰੇ ਹੱਥ ਅੱਡਿਆ ਜਾਂਦਾ, ਨਾ ਮੰਗਿਆ ਜਾਂਦਾ ਗਾ, ਮੈਂ ਨਾ ਮਰੂੰਗਾ ਹੁਣ, ਮੇਰੇ ਕੋਲ ਕੁਛ ਨਹੀਂ ਹੈਗਾ, ਮੈਂ ਬਹੁਤ ਦੁਖੀ ਹਾਂ ਹੁਣ, ਲੋਕਾਂ ਨੇ ਮੈਨੂੰ ਤਾਨੇ ਮਿੰਨੇ ਮਾਰ 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 ਰੱਖਿਆ ਹੈਗਾ ਵੀ ਤੂੰ ਕੁਛ ਨਹੀਂ ਕਰ ਸਕਦਾ, ਤੂੰ ਕੁਛ ਨਹੀਂ ਕਰ ਸਕਦਾ, ਨਾ ਮਾਤਾ ਨਾ ਭੈਣ ਦਾ ਤੂੰ ਕੁਛ ਨਹੀਂ ਕਰ ਸਕਦਾ, ਮੈਂ ਬਹੁਤ ਹੱਥ ਅੱਡ ਕੇ ਦੇਖ ਲਿਆ, ਮੇਰੀ ਕੋਈ ਹਿੱਲਾ ਨਹੀਂ ਨਿਕਲਿਆ, ਕੋਈ ਮਹਿਸੂਸ ਨਹੀਂ ਹੋਈ। ਮੇਰੀ ਮੈਨੂੰ ਮਾਫ਼ ਕਰ ਦੇ, ਮੈਨੂੰ ਮਾਫ਼ ਕਰ ਦੇ, ਮੈਂ ਕਿੱਥੋਂ ਕੀ ਸੁਣਾ, ਮੈਂ ਕੁਛ ਨਹੀਂ ਕਰ ਸਕਦਾ, ਮੇਰੀ ਮਾਂ ਮੈਂ ਕੁਛ ਨਹੀਂ ਕਰ ਸਕਦਾ, ਅਗਲਾ ਮੈਨੂੰ ਮਿਲੇ ਮਾਰਦਾ ਕਹਿੰਦਾ ਤੇਰਾ ਅੱਡਾ ਸਰੀਰ ਹੈ, ਤੂੰ ਕੁਛ ਨਹੀਂ ਕਰ ਸਕਦਾ, ਜੇ ਤੈਨੂੰ ਦਿਖਦਾ ਨਹੀਂ ਹੁਣ ਮੈਂ ਕਿੱਥੇ ਜਾਵਾਂ, ਮੈਂ ਕਿੱਥੇ ਜਾਵਾਂ,
ਹਾਂਜੀ ਵੀਰੇ, ਮੈਂ ਐਡਾ ਵੱਡਾ ਹੋ ਕੇ ਮੈਂ ਮੇਰੀ ਮਾਂ ਵਾਸਤੇ ਨਾ ਭੈਣ ਵਾਸਤੇ ਕੁਛ ਨਹੀਂ ਕਰ ਸਕਦੇ ਵੀਰੇ, ਮੇਰੀ ਜ਼ਿੰਦਗੀ ਖਤਮ ਹੋਈ ਪਈ ਹੈ। ਨਾ ਮੇਰੀ ਮਾਂ ਵਾਸਤੇ ਨਾ ਭੈਣ ਵਾਸਤੇ ਕੁਛ ਨਹੀਂ ਹੋ ਰਿਹਾ। ਮੈਂ ਐਡਾ ਵੱਡਾ ਮੇਰਾ ਸਰੀਰ ਹੈਗਾ, ਜਦੋਂ ਮੈਨੂੰ ਦਿਖਦਾ ਨਹੀਂ ਵੀਰੇ ਮੈਂ ਖਤਮ ਹਾਂ। ਨਾ ਵੀਰੇ ਘਰ ਦੀ ਆਪਦੀ ਛੱਤ ਸਿਰ ਤੇ ਕਿਰਾਇਆ ਤੇ ਰੁਲ ਗਏ, ਕਿਰਾਇਆ ਦੇ ਰੁਲਦੇ ਹੋਏ ਵੀਰੇ ਮੈਂ ਨਹੀਂ ਜ਼ਿੰਦਗੀ ਕੱਟ ਸਕਦਾ। ਮੈਨੂੰ ਬਹੁਤ ਸਾਲ ਹੋ ਗਏ, ਮੇਰਾ ਡੈਡੀ ਵੀ ਵਿਚਾਰਾ ਸਾਨੂੰ ਲਾਜ ਕਰਾਉਂਦਾ ਕਰਾਉਂਦਾ, ਸਾਡਾ ਉਹ ਵੱਗ ਗਿਆ ਵਿਚਾਰਾ ਵੀਰੇ। ਹੁਣ ਸਾਡੀ ਜ਼ਿੰਦਗੀ ਕਦਮ ਹੋਈ ਪਈ ਹੈ। ਮੈਥੋਂ ਕਿਸੇ ਤੋਂ ਮੰਗਿਆ ਵੀ ਨਹੀਂ ਜਾਂਦਾ ਵੀਰੇ, ਮੈਥੋਂ ਕਿਸੇ ਤੋਂ ਨਹੀਂ ਮੰਗਿਆ ਜਾਣਾ ਹੁਣ ਇਹਨੂੰ ਵੀਰੇ। ਸੁਣਦਾ ਨਾ ਸੁਣਦਾ ਨਾ ਬੋਲਦੀ ਹੈ ਵਿਚਾਰੀ, ਕੰਨਾਂ ਦੇ ਪੜਦੇ ਗਲੇ ਹੋਏ ਨੇ, ਨਾ ਬੋਲਦੀ ਹੈ। 100% ਦਾ ਵੀਰੇ ਹੈਂਡੀਕੈਪਟ ਵਿਚਾਰੀ ਦਾ ਹੁਣ ਲਿਖ ਕੇ ਦਿੱਤਾ ਮੈਥੋਂ ਵੀਰੇ। ਟੈਸਟ ਵੀ ਨਹੀਂ ਕਰਾਇਆ ਜਾ ਰਿਹਾ ਸੀ, ਮੈਨੂੰ ਇੰਨਾ ਹੈਰਾਨ ਕਰਿਆ ਹੋਇਆ ਸੀ ਡਾਕਟਰਾਂ ਨੇ। ਡੇਢ ਸਾਲ ਦੇ ਵਿੱਚ ਵੀਰੇ ਮੈਂ ਧੱਕੇ ਖਾ ਕੇ ਟੈਸਟ ਕਰਾਇਆ ਹੈ। ਮੇਰਾ ਇੱਕੋ ਹੀ ਭਰਾ ਜੀ ਨੇ ਮੇਰਾ 1 ਸਾਲ ਦਾ ਸਾਥ ਦੇ ਕੇ ਮੈਨੂੰ ਬਚਾਤਾ, ਨਹੀਂ ਮੈਂ 1 ਸਾਲ ਪਹਿਲਾਂ ਵੀ ਮਰ ਜਾਂਦਾ, ਮੇਰੀ ਜ਼ਿੰਦਗੀ ਖਤਮ ਹੈਗੀ ਬਸ। ਕਿਵੇਂ ਸਾਨੂੰ ਮਾੜੇ ਟਾਈਮ 'ਚ ਛੱਡ ਕੇ ਮੰਗਿਆ, ਕਿਉਂ ਸਾਨੂੰ ਛੱਡ ਕੇ ਸਾਨੂੰ ਵੀ ਲੈ ਜਾਂਦਾ ਨਾਲ, ਜਦੋਂ ਛੋਟੇ ਹੁੰਦੇ ਹਾਂ ਤਾਂ ਸਾਨੂੰ ਨਾਲ ਲੈ ਫਿਰੇ ਗਿਆ, ਤੁਹਾਡਾ ਇਲਾਜ ਕਰਾਇਆ ਬਾਪੂ, ਤਾਂ ਕਿਉਂ ਸਾਨੂੰ ਛੱਡ ਕੇ। ਨਾ ਮੈਂ ਹੁਣ ਉੱਧਰ ਦਾ ਰਿਹਾ ਨਾ ਉੱਧਰ ਦਾ ਰਿਹਾ, ਮੈਂ ਕਿੱਥੇ ਮਾਂ ਨੂੰ ਲੈ ਕੇ ਜਾਵਾਂ, ਕਿੱਥੇ ਭੈਣ ਨੂੰ ਲੈ ਕੇ ਜਾਵਾਂ। ਸਾਨੂੰ ਵੀ ਬੁਲਾ ਲਾ ਉੱਥੇ ਹੁਣ, ਸਾਨੂੰ ਕਾਹਨੂੰ ਉਰੇ ਛੱਡਿਆ ਮੈਂ, ਦਵਾ ਦੇ ਬਾਪੂ ਕਿਤੋਂ ਸਫ਼ਰ, ਮੈਂ ਤਾਂ ਪੀ ਕੇ ਮਰੂੰ। ਮੈਂ ਨਹੀਂ ਵਧਣਾ, ਨਾ ਮੈਂ ਮੇਰੀ ਮਾਂ ਨੂੰ ਕਿਤੇ, ਨਾ ਮੇਰੀ ਭੈਣ ਨੂੰ ਕਿਤੇ ਦਰਵਾਜ਼ੇ ਛੱਡਣਾ, ਉਹਨਾਂ ਨੂੰ ਰੁਲਣ ਦੇਵਾਂ। ਮੈਂ ਬਹੁਤ ਦੁਖੀ ਹਾਂ, ਮੈਂ ਬਹੁਤ ਮਿਹਨਤ ਕਰ ਲਈ, ਸਰਕਾਰ ਦੀ ਵੀ ਕਰ ਲਈ, ਭੈਣ ਭਰਾਵਾਂ ਦੀ ਵੀ ਕਰ ਲਈ, ਪਰ ਨਹੀਂ ਕੋਈ ਇੰਨਾ ਨਿਕਲਿਆ, ਆਪਣੇ ਲਾਸਟ ਇੰਨਾ ਕਹਿਣਾ।